ਧਰਮ ਰਮਵੀਰ ਸਰ ਨਾਲ ਤਾਂ ਬਾਈ ਬਹੁਤ ਸਾਰੇ ਬਾਈ ਆ ਮਤਲਬ ਆਜ ਤੀ ਇਹ ਚੀਜ਼ ਕਲੀਅਰ ਨਹੀਂ ਹੋਲੀ ਕਿ ਵਰਕਆਊਟ ਕੇ ਬਾਅਦ ਆਪ ਕੀ ਖਾਓ। ਅਗਰ ਕਿਸੇ ਨੇ ਵਜ਼ਨ ਵਧਾਉਣਾ ਆਉਣਾ ਤਾਂ ਬਾਈ ਵਰਕਆਊਟ ਕਰੇ ਕੇ ਬਾਅਦ ਬਾਈ ਆਪ ਦਹੀਂ ਦਹੀਂ ਹੈ ਇਸਮੇ ਦੇਖ ਦਹੀਂ ਔਰ ਬਾਈ ਦੇਸੀ ਖੰਡ ਹੋ ਤਾਂ ਦੇਸੀ ਖੰਡ ਮਿਲਾ ਕੇ ਪੀਓ ਔਰ ਨਾ ਤਾਂ ਬਾਈ ਆਪ ਗੁੜ ਲੈ ਸਕੋ ਇਸਕੀ ਗੱਲਾਂ ਰਿਕਵਰੀ ਬੈਸਟ ਹੋ ਗਈ ਔਰ ਵਜ਼ਨ ਵੀ ਵਧੇਗਾ। ਚੀਨੀ ਨਾ ਅਵੋਇਡ ਕਰੋ ਭਾਅ ਜੀ ਜਿੰਨਾ ਕਰ ਸਕੋ ਕਿਉਂਕਿ ਚੀਨੀ ਅੱਧ ਦੇ ਫਾਲਤੂ ਸਲਫਰ ਹੋਵੇ ਹੈ ਬਹੁਤ ਜ਼ਿਆਦਾ ਕੈਮੀਕਲ ਪ੍ਰੋਸੈਸ ਹੋਵੇ ਚੀਨੀ ਮੈਂ ਚੀਨੀ ਤਾਂ ਬਚੋ ਭਾਈ ਅਗਰ ਦੇਸੀ ਖੰਡ ਮਿਲੇ ਤਾਂ ਦੇਸੀ ਖੰਡ ਲਿਓ ਜਾਂ ਫਿਰ ਭਾਈ ਗੁੜ ਲਿਓ ਕਿਉਂਕਿ ਉਹਨਾਂ ਮੁਕਾਬਲੇ ਮੈਂ ਇਹਨਾਂ ਕਮ ਕੈਮੀਕਲ ਪ੍ਰੋਸੈਸ ਹੋਵੇ ਇਹਨਾਂ ਵੀ ਹੈ ਪਰ ਕਮ ਹੋਵੇ ਤਾਂ ਇਹ ਚੀਜ਼ ਖਾਓ ਭਾਈ ਇਸ ਤੇ ਵੀ ਆਪਣਾ ਵੇਟ ਗੇਨ ਜ਼ਰੂਰ ਹੋਊਗਾ ਭਾਈ ਟਰਾਈ ਕਰਕੇ ਦੇਖਿਓ ਔਰ ਕਮੈਂਟ ਕਰਕੇ ਜ਼ਰੂਰ ਬਤਾ ਕੇ ਜਾਇਓ ਟਰਾਈ ਕਰੋ ਨਾ ਜਬ ਕਮੈਂਟ ਕਰਕੇ ਬਤਾ ਜਾਇਓ ਜਵਾਬ ਭਾਈ।